ਚਿਹਰਾ ਪ੍ਰਕਾਸ਼ਿਕ ਬਾਦਲ ਪਹਿਲੇ ਉਹਨਾਂ ਲੋਕਾਂ ਸੀ ਜਿਨ੍ਹਾਂ ਨੇ ਐਂਡੀਆ ਬਣਾਇਆ ਸੀ ਜੀ ਤੇ ਲੇਕਿਨ ਅੱਜ ਉਹਨਾਂ ਦੇ ਬਾਰ ਚ ਬੈਠੇ ਜਿਹੜੇ ਪੁਟੀਲ ਸਾਹਿਬ ਦਾ ਨਾਮ ਉੱਤੇ ਕਿਉਂਕਿ ਉਹਨਾਂ ਨੇ ਬਾਕੀ ਵੀ ਕਿਹਾ ਉਹਨਾਂ ਨੂੰ ਇਹ ਸੀ ਨਾ ਵੀ ਸ਼ਾਇਦ ਲੋਕ ਇਹ ਮਹਿਸੂਸ ਕਰਦੇ ਨੇ ਕਿ ਉਹ ਕਾਰੀਦਾਰ ਨਹੀਂ ਹਿੱਤੇ ਉਹ ਤਾਂ ਐਸੇ ਕਰਕੇ ਕੀਤਾ ਹੋਵੇ ਸੁਬੀਰ ਸਿੰਘ ਬਾਦਲ ਨੂੰ ਇਹ ਨਿਯੋਤ ਇਸ ਮੀਟਿੰਗ ਦਾ ਆਇਆ ਹੋਵੇਗਾ ਜਾਂ ਮੀਟਿੰਗ ਦਾ ਨਿਯੋਤ ਹੀ ਨਹੀਂ ਆਇਆ ਹੋਣਾ ਨੇ ਉਹਨਾਂ ਨੂੰ ਕੋਈ ਮਿਲਦੀਆ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਬੜੀ ਲੇਕਿਨ ਉਹਨਾਂ ਨੂੰ ਨਹੀਂ ਆਇਆ ਬਹੁਤ ਕੁਰਬਾਨੀਆਂ ਕੀਤੀਆਂ ਸੀ ਵੀ ਬਹੁਤ ਜਲਜਰੇਆ ਤੇ ਸਰਦਾਰ ਪ੍ਰਕਾਸ਼ ਸਿੰਘ ਤਾਂ ਬਹੁਤ ਹੀ ਜਲਜਰੇ ਰਹੇ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਸ਼ੋਭੀਤ ਦੇ ਜਾਂ ਜਿਹੜੇ ਇਹ ਸਪਾਈਦਰ ਫਿਰਦੇ ਨੇ ਉਹ ਇੱਕ ਦਿਨ ਵੀ ਕਿਸੇ ਨੇ ਕੁਰਬਾਨੀ ਕੀਤੀ ਹੋ ਮੇਰੇ ਪਾਰਟੀ ਚ ਸਵਾਗਤ ਤੁਸੀਂ ਦੇਖ ਹਮਦਰ ਟੀਵੀ ਤੇ प्रकाश सिंह बादल ਦੇ ਜਿਕਰ ਜਾਣ ਤੋਂ ਬਾਅਦ ਐਨਡੀਏ ਦੀ ਮੀਟਿੰਗ ਹੁੰਦੀ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਉਸਦੇ ਅਸਲੀ ਵਾਰ ਜਿਹੜੇ ਹੈਗੇ ਨੇ ਉਹ ਸੁਖਦੇਸ਼ ਸਿੰਘ ਢੀਂਡਸਾ ਹਗੇ ਨੇ ਬਿਆਨ ਜਿਹੜੇ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਕਹੇ ਗਏ ਨੇ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਹੰਦਰ ਟੀਵੀ ਦੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਦੋਂ ਇਹ ਮੀਟਿੰਗ ਹੋਈ ਸੀ ਤੇ ਇਹ ਬਿਆਨ ਕਿਸ ਸਮੇਂ ਜਿਹੜਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਤੁਸੀਂ ਉਹ ਮੀਟਿੰਗ 'ਚ ਮੌਜੂਦ ਸੀਗੇ ਤਿਕੋ 18 ਤਾਰੀਖ ਨੂੰ ਮੀਟਿੰਗ ਹੋਈ ਸੀ ਐਨਡੀਆ ਦੀ ਐਨਡੀਆ ਨੇ 25 ਸਾਲਾ ਹੋਏਗੇ ਸੀ ਉਹਨੂੰ 25 ਸਾਲ ਪੂਰੇ ਜੀ ਗਠਨ ਹੋਏ ਨੂੰ ਉਹਦੀ ਉਹਦਾ ਮਨਾਇਆ ਸੀ ਦਿਨ ਜੀ ਲੇਕਿਨ ਨਾਲ ਦੀ ਨਾਲ ਕੁ ਦਿੱਤੀ ਆ ਉਹਨਾਂ ਨੇ ਫਿਰ ਪ੍ਰਧਾਨ ਮੰਤਰੀ ਜੀ ਜੋ ਸਪੀਚ ਕਰ ਰਹੇ ਸੀ ਜੀ ਉਹਨਾਂ ਨੇ ਇਹ ਗੱਲ ਕਹੀ ਕਿ ਹੋਰ ਵੀ ਇੱਕ ਦੋ ਪਾਰਟੀਆਂ ਬਾਰੇ ਕਿ ਸਾਡੇ ਕੋਲੇ ਉਹਨਾਂ ਦੇ ਬਾੜੇ ਬੈਠੇ ਨੇ ਭਾਵੇਂ ਸਾਡੇ ਹੁਣ ਨਹੀਂ ਉੱਤੇ ਮੇਰਾ ਮੇਰੇ ਬਾਰੇ ਕਿ ਸਦਾ ਪ੍ਰਕਾਸ਼ ਸਿੰਘ ਬਾਦਲ ਪਹਿਲੇ ਉਹਨਾਂ ਲੋਕਾਂ ਸੀ ਜਿਨ੍ਹਾਂ ਨੇ ਐਨਡੀਆ ਬਣਾਇਆ ਸੀ ਜੀ ਤੇ ਲੇਕਿਨ ਅੱਜ ਉਹਨਾਂ ਦੇ ਬਾਅਦ ਬੈਠੇ ਨੇ ਜਿਹੜੇ ਉਹ ਢੀਂਸਾ ਸਾਹਿਬ ਦਾ ਡਾਲ ਬੈਠੇ ਕੋਈ ਮੰਗਾ ਮੰਗਾ ਤੁਸੀਂ ਕਿਹੜੀਆਂ ਮੰਗਾ ਮੰਗਾ ਦੀ ਵੀ ਗੱਲ ਹੋਈ ਤੁਸੀਂ ਪੰਜਾਬ ਦੀਆਂ ਮੰਗਾ ਵੀ ਉੱਥੇ ਰੱਖੀਆਂ ਜਿਸ ਤੋਂ ਪ੍ਰਭਾਵਿਤ ਹੋਏ ਜਾਂ ਤੁਹਾਡੀ ਸਿਨਿਓਰਿਟੀ ਤੋਂ ਪ੍ਰਭਾਵਿਤ ਹੋਏ ਨਹੀਂ ਇਹ ਤਾਂ ਹੁਣ ਉਹੀ ਦੇ ਸਕਦੇ ਮੈਨੂੰ ਨਹੀਂ ਪਤਾ ਜੀ ਕਿਉਂ ਕਿਉਂਕਿ ਉਹਨਾਂ ਨੇ ਬਾਕੀ ਵੀ ਕਿਹਾ ਉਹਨਾਂ ਨੂੰ ਇਹ ਸੀ ਨਾ ਭਈ ਸ਼ਾਇਦ ਲੋਕੇ ਮਹਿਸੂਸ ਕਰਦੇ ਨੇ ਕਿ ਉਹ ਅਕਾਲੀ ਦਲ ਨਹੀਂ ਹੈ ਤੇ ਫੋਟਾ ਦੇ ਇਸੇ ਕਰਕੇ ਕੀਤਾ ਹੋਵੇ ਜੀ ਜੀ ਜੇਕਰ ਸੁਬੀਰ ਸਿੰਘ ਬਾਦਲ ਨੂੰ ਹੀ ਨਿਯੋਤ ਸ ਮੀਟਿੰਗ ਦਾ ਆਇਆ ਹੋਵੇਗਾ ਜਾਂ ਮੀਟਿੰਗ ਦਾ ਨਿਯੋਤ ਹੀ ਨਹੀਂ ਆਇਆ ਹੋਣਾ ਨਹੀਂ ਉਹਨਾਂ ਨੂੰ ਕੋਈ ਮਿਲਦੇ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਬੜੀ ਜੀ ਲੇਕਿਨ ਉਹਨਾਂ ਨੇ ਨਹੀਂ ਆਇਆ ਸੱਦਾ ਨਹੀਂ ਆਇਆ ਮਤਲਬ ਹੁਣ ਜਿਹੜਾ ਸਮਾਂ ਹੈਗਾ ਅਸੀਂ ਸੰਯੁਕਤ ਸ਼੍ਰੋਮਣੀ ਕਾਲਜਾ ਸ਼੍ਰੋਮਣੀ ਕਾਲ ਦਲ ਦੀ ਗੱਲ ਕਰੀਏ ਤਾਂ ਇੱਕ ਦਰਾਰ ਦਿਖਾਈ ਦੇਦੀ ਕਿਉਂਕਿ 2024 ਜਿਹੜਾ ਨੇੜੇ ਹੈਗਾ ਤਾਂ ਉਸ ਦੇ ਵਿੱਚ ਕੀ ਜੜਾਣਾ ਸਮਾਂ ਦੇਖ ਸਕਦਾ ਹੈ ਕੋਈ ਇਹ ਤਾਂ ਹੁਣ ਬਖਤ ਦੱਸੇਗਾ ਕਿ ਮੈਂ ਅੱਜ ਕਿਸੇ ਚੀਜ਼ ਦਾ ਕਮੈਂਟ ਕਰਾਂ ਲੇਕਿਨ ਇਹਨਾਂ ਜ਼ਰੂਰ ਹੈ ਬੇਲੇ ਉਹਨਾਂ ਨੇ ਪ੍ਰਧਾਨ ਮੰਤਰੀ ਜੀ ਨੇ ਇਸ਼ਾਰਾ ਕੀਤਾ ਸੀ ਕਿ ਅੱਜ ਤੋਂ ਬਾਅਦ ਸਾਡੇ ਇਹਨਾਂ ਨਾਲ ਹੀ ਸੰਬੰਧ ਰਹਿਣਗੇ ਜੇਕਰ ਅਸੀਂ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀ ਤਾਂ ਤੁਹਾਡੇ ਜਿਹੜੇ ਸੱਜੀ ਬਾਂ ਤੁਸੀਂ ਹਰ ਸਮੇਂ ਜੇਲਾ ਵੀ ਤੁਸੀਂ ਕਿੰਦੇ ਕੱਟੀਆਂ ਤਾਂ ਉਸ ਸਮੇਂ ਤੋਂ ਜਿਹੜਾ ਅੱਜ ਦਾ ਜਿਹੜਾ ਫਰਕ ਹੈਗਾ ਤਾਨੂੰ ਲੱਗਦਾ ਕਿ ਸੁਬੀਰ ਸਿੰਘ ਬਾਦਲ ਦੇ ਕਰਕੇ ਸਾਡਾ ਫਰਕ ਹੈਗਾ ਸਾਡੇ ਫਿਰ ਕੋਈ ਜਾਤੀ ਸੁਬੀਰ ਨਾਲ ਤਾਂ ਨਹੀਂ ਹੈ ਕੋਈ ਦਰਦੀ ਦੁਸ਼ਮਣੀ ਸਾਡੀ ਤਾਂ ਸਿਧਾਤਾਂ ਦੀ ਹੈ ਜੀ ਜੀ ਐ ਡਬਲਯੂ ਜੀ ਦੀ ਜੀ ਜੀ ਕਿਉਂਕਿ ਸ਼ਰੂਮ ਨਹੀਂ ਅਕਾਲੀ ਦਲ ਦਾ ਜੋ ਇਤਿਹਾਸ ਹੈ ਉਹਨੂੰ ਬਿਲਕੁਲ ਮਿੱਟੀ ਚ ਮਿਲਾਦਾ ਜੀ ਜੀ ਸ਼ਰੂਮ ਨਹੀਂ ਅਕਾਲੀ ਦਲ ਤਾਂ ਬੜੀਆਂ ਕੁਰਬਾਨੀਆਂ ਤੋਂ ਬਾਅਦ ਬਹੁਤ ਕੁਰਬਾਨੀਆਂ ਕੀਤੀਆਂ ਸੀ ਵੀ ਬਹੁਤ ਜੇਲ੍ਹਾਂ ਜਿਹੜੀਆਂ ਤੇ ਸਰਦਾਰ ਪ੍ਰਕਾਸ਼ ਸਿੰਘ ਤਾਂ ਬਹੁਤ ਹੀ ਜੇਲ੍ਹ ਚ ਰਹੇ ਨੇ ਤੇ ਉਹਨਾਂ ਨੇ ਮੈਨੂੰ ਦੱਸੋ ਵੀ ਸੁਬੀਰ ਦੇ ਜਾਂ ਜਿਹੜੇ ਦੇ ਐਡਵਾਈਜ਼ਰ ਫਿਰ ਦੇ ਨੇ ਉਹ ਇੱਕ ਦਿਨ ਵੀ ਕਿਸੇ ਕੁਰਬਾਨੀ ਕੀਤੀ ਹੋ ਮੇਰੇ ਪਾਰਟੀ ਲਈ ਇੱਕ ਮੰਗਾਂ ਦੀ ਗੱਲ ਹੋਈ ਤੁਸੀਂ ਕਿਹੜੀ ਕਿਹੜੀ ਮੰਗਾਂ ਪੰਜਾਬ ਦੀਆਂ ਉੱਥੇ ਰੱਖੀਆਂ ਅੱਜ ਬਹੁਤ ਜ਼ਿਆਦਾ ਲੋਡ ਹੈਗੀ ਅਸੀਂ ਪੰਜਾਬ ਦੇ ਚਾਹੇ ਬਜਟ ਦੇ ਵਿੱਚ ਗੱਲ ਕੀਤੀ ਜਾਵੇ ਤੇ ਚਾਹੇ ਹੋਰ ਜਿਹੜੇ ਅੱਜ ਕਿਸਾਨ ਜਿਹੜੇ ਕਿ ਖੇਤ ਜਿਹੜੇ ਕਿ ਹੜ੍ਹਾਂ ਨਾਲ ਪ੍ਰਭਾਵਿਤ ਹਾਗੇ ਨੇ ਦੂਸਰੇ ਪਾਸੇ ਸ਼ਹਿਰੀ ਦਬਕੇ ਵੀ ਅੱਜ ਹੜ੍ਹਾਂ ਦੀ ਰੁਪੇਟ ਚ ਆ ਚੁੱਕੇ ਨੇ ਦੇਖੋ ਅਸੀਂ ਉੱਥੇ ਕੁਝ ਸਿੱਖ ਮੰਗਾਂ ਰੱਖੀਆਂ ਫਿਰ ਉਹਨਾਂ ਕਹਿੰਦੇ ਬਹੁਤ ਗੱਲਾਂ ਤਾਂ ਸਹੀ ਸੀ ਆ ਬਹੁਤ ਕਰਨ ਵਾਲੀਆਂ ਪਰ ਉਹ ਬੈਠ ਕੇ ਕਰ ਨਹੀਂ ਲੇਕਿਨ ਇਹ ਆ ਵੀ ਜਿਹੜੀ ਸਜਾਮਾ ਪੂਰੀਆਂ ਕਰੀ ਬੈਠਿਆ ਉਹਨਾਂ ਨੂੰ ਤਾਂ ਛੱਡਿਆ ਜਾ ਜੀ ਦੂਜਾ ਇਹ ਆ ਕਿ ਕਿਸਾਨਾਂ ਲਈ ਸੀ ਪੈਕੇਜ ਮੰਗਿਆ ਜੀ ਕਿ ਨੁਕਸਾਨ ਤਾਂ ਬਾਕੀ ਬਾਕੀ ਸੂਬੇ ਚ ਵੀ ਹੋਇਆ ਜੀ ਲੇਕਿਨ ਜੋ ਪੰਜਾਬ 'ਚ ਨੁਕਸਾਨ ਹੋਇਆ ਹੈ ਉਹਦਾ ਕੋਈ ਪਰਵਾਹ ਨਹੀਂ ਕੀਤੀ ਜਾ ਸਕੀ ਉਹਦੇ ਲਈ ਕੋਈ ਸਪੈਸ਼ਲ ਪੈਕੇਜ ਦਿਓ ਜੀ ਔਰ ਇਹ ਨਾ ਸਮਝੋ ਕਿ ਉਥੇ ਸਰਕਾਰ ਕਿਸੇ ਹੋਰ ਪਾਰਟੀ ਦੀ ਆ ਇਹਨਾਂ ਸਮਝਾ ਦੇਵਲਿਕ ਨੂੰ ਕੀਤਾ ਜਾਵੇ ਦੂਜਾ ਅਸੀਂ ਇਹ ਵੀ ਕਿਹਾ ਵੀ ਐਡਪੀ ਦੇ ਇਲੈਕਸ਼ਨ ਆ ਗਏ ਆ ਜੀ ਜੀ ਉਹ ਕਰਾਈਆਂ ਜਾਣ ਉਹਨਾਂ ਨਾਲ ਇਹ ਵੀ ਕਿਹਾ ਕਿ ਤੁਸੀਂ ਸਾਨੂੰ ਮਿਲ ਦਾ ਮੌਕਾ ਦਿਓ ਇੱਥੇ ਨਹੀਂ ਗੱਲਾਂ ਤੁਹਾਡੀਆਂ ਹੋ ਸਕਦੀਆਂ ਪੰਜਾਬ ਦੀ ਸਿਚੁਏਸ਼ਨ ਹੋ ਰਹਾ ਬਾਕੀ ਸੂਬਿਆਂ ਨੂੰ ਤੁਸੀਂ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਪੰਜਾਬ ਦੇ ਵਿੱਚ ਹੀ ਤੁਹਾਡੀ ਇੱਕ ਫੇਰੀ ਹੋਣੀ ਚਾਹੀਦੀ ਕਿਉਂਕਿ ਅੱਜ ਪੰਜਾਬ ਬੜੀ ਗੰਭੀਰ ਹਾਲਾਤ ਵਿੱਚ ਹੈਗਾ ਪੰਜਾਬ ਦੀ ਸਥਿਤੀ ਨਾਜ਼ੁਕ ਹੈ ਉਹ ਤਾਂ ਕੁਦਰਤੀ ਹੈ ਉਹ ਤਾਂ ਉਹਨੇ ਡਿਪਟੀ ਆਨ ਨੂੰ ਭੇਜੇ ਬੰਦੇ ਭੇਜੇ ਹੋਣਗੇ ਜੀ ਦੇ ਲੇਕਨ ਉਹ ਤਾਂ ਅਸੀਂ ਇਹ ਗੱਲ ਕਹੀ ਬਹੁਤ ਗੱਲਾਂ ਕਰਨ ਵਾਲੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਅਲੱਗਦਾ ਬੈਠ ਕੇ ਕਰਾਂਗੇ ਜੀ ਜੀ ਉਹ ਨਤੀਜੇ ਵੀ ਹੋਏਗਾ ਤੇ ਹੁਣ ਆਖਰੀ ਕੀ ਹੈਗਾ ਜੇਕਰ ਸੁਖਵੀਰ ਸਿੰਘ ਬਾਦਲ ਤੁਹਾਡੇ ਨਾਲ ਆ ਕੇ ਮੀਟਿੰਗ ਕਰਨ ਜਾਂ ਤੁਹਾਡੇ ਨਾਲ ਮਿਲਣ ਕੋਈ ਜਿਹੇ ਕੋਈ ਕੰਡੀਸ਼ਨ ਬਣ ਸਕਦੀ ਆ ਨਾ ਸਮੇਂ ਚ ਨਹੀਂ ਅਸੀਂ ਤਾਂ ਇੱਕੋ ਹੀ ਹੈ ਕਿ ਪ੍ਰਧਾਨ ਕੀ ਛੱਡਦੇ ਹੋ ਜੀ ਤੇ ਸਾਰੇ ਇਕੱਠੇ ਹੋਣ ਨੂੰ ਤਿਆਰ ਹੋ ਜਾਣਗੇ ਜੀ ਪਰ ਉਹ ਕਹਿੰਦਾ ਮੈਂ ਛੱਡ ਨਹੀਂ ਨਹੀਂ ਹੁਣ ਦੱਸੋ ਲਾਲਚ ਲਾਲਚ ਹੈ ਲਾਲਚੀ ਹੈ ਹੋਰ ਕੀ ਹੈ ਲਾਲਚ ਆ ਦੇਖੋ ਹੁਣ ਮੈਨੂੰ ਦੱਸੋ ਵੀ ਉਹ ਉਹ ਨਹੀਂ ਚੈਨਲ ਕਿਹਾ ਸੀ ਵੀ ਹੋਰ ਚੈਨਲ ਦੇਵਾਂਗੇ ਲੇਕਿਨ ਦਿੱਤਾ ਉਹਨਾਂ ਨੇ ਫੇਰ ਆਪਣੇ ਨੂੰ ਜੀ ਇਹ ਐਡਾ ਲਾਲਚ ਮੈਨੂੰ ਸਮਝ ਨਹੀਂ ਆਉਂਦਾ ਕਿਉਂ ਹੋ ਰਿਹਾ ਅਕਾਊਂਟ ਦੀ ਗੱਲ ਵੀ ਹੋਈ ਹੈ ਕਿ ਐਸਪੀਸੀ ਦਾ ਜਦੋਂ ਜਨਤਕ ਕੀਤਾ ਕਾਊਂਟ ਤੇ ਆਮ ਆਦੀ ਪਾਰਟੀ ਨੇ ਵੀ ਲਪੇਟਿਆ ਕਹਿੰਦੇ ਵੀ ਇਹਨਾਂ ਨੂੰ ਕਿਵੇਂ ਪਤਾ ਹੈਗਾ ਐਸਪੀਸੀ ਦਾ ਕਾਊਂਟ ਹੈਗਾ ਮਤਲਬ ਇਹਨਾਂ ਮਤਲਬ ਉਹ ਵੀ ਭਵੰਤ ਮਾਨ ਨੇ ਵੀ ਜਿਹੜੀ ਵੱਡੀ ਸਟੇਟਮੈਂਟ ਦਿੱਤੀ ਜੀ ਨਹੀਂ ਦੇਖੋ ਅਕਾਊਂਟ ਦਾ ਕਰੋਗੇ ਤਾਂ ਤੇ ਬਹੁਤ ਕੁਝ ਨਿਕਲਣਗੇ ਜੀ ਇਹ ਨਹੀਂ ਹੈ ਕਿ ਇੱਕ ਇੱਕ ਨਿਕਲੂਗਾ ਉਹ ਤਾਂ ਬਹੁਤ ਕੁਝ ਨਿਕਲਣਗੇ ਦੇਖੋ 328 ਰੁਪਿਆਂ ਦਾ ਵੀ ਅਜੇ ਤੱਕ ਨਹੀਂ ਪਤਾ ਜੀ ਹੋਰ ਬੜੇ ਐਸੀ ਗੱਲਾਂ ਨੇ ਜਿਹੜੀਆਂ ਇਸ ਜੀ ਪੀ ਸੀ ਤੋਂ ਪੈਸੇ ਗਏ ਨੇ ਤੁਸੀਂ ਇੱਕ ਇੱਕ ਗੱਲ ਕਰਦੇ ਹੋ ਨਾ ਅਕਾਊਂਟੈਂਟ ਦੇ ਜੀ ਤੇ ਹੋਰ ਬੜੀਆਂ ਗੱਲਾਂ ਨੇ ਜਿਹੜੀਆਂ ਆਉਣਗੀਆਂ ਲੇਕਰ ਉਹਦੀ ਹੋਣਗੀ ਯੋ ਐਡੀਪੀਸੀ ਇਹਨਾਂ ਦੇ ਹੱਥੋਂ ਚਲੀ ਜਾਏ ਜੇ ਖਾਤੇ ਦੀ ਮਤਲਬ ਜਾਂਚ ਹੋਈ ਤਾਂ ਵੱਡੀਆਂ ਜਿਹੜੀਆਂ ਸਾਹਮਣੇ ਆਣਗੇ ਵੱਡੇ ਵੱਡੇ ਜਿਹੜੇ ਘਟਾਲੇ ਵੀ ਹੋ ਸਕਦੇ ਨੇ ਇਹਦੇ ਦੇ ਵੱਡੇ ਵੱਡੇ ਘਟਾਲੇ ਹੋਣਗੇ ਸਾਹਮਣੇ ਤੁਹਾਡੇ ਜੀ ਜੀ ਮੰਗ ਕਰੋਗੇ ਤੁਸੀਂ ਐਸਜੀਪੀਸੀ ਤੋਂ ਵੀ ਇਹ ਜਿਹੜੀ ਅਕਾਊਂਟ ਦੀ ਜਾਂਚ ਹੋਣੀ ਚਾਹੀਦੀ ਹੈ ਨਹੀਂ ਐਸਜੀਪੀਸੀ ਇਹ ਨਹੀਂ ਕਰੇਗੀ ਕੁਝ ਅਸੀਂ ਨਵੀਂ ਐਸਜੀਪੀਸੀ ਲਿਆਵਾਂਗੇ ਉਹਦੇ 'ਚ ਕਰਾਂਗੇ ਮੈਂ ਤਾਂ ਤੁਸੀਂ ਆਪਣੀ ਐਸਜੀਪੀਸੀ ਇਹ ਤਾਂ ਵਿਚਾਰਾ ਇਹ ਤਾਂ ਵਿਚਾਰਾ ਪ੍ਰਧਾਨ ਕਹਿੰਦਾ ਮੈਂ ਤਾਂ ਉਹ ਹੀ ਕਰੂੰਗਾ ਜੋ ਮੈਨੂੰ ਇਹ ਕਹਣਗੇ ਮੈਂ ਤਾਂ ਪ੍ਰਧਾਨ ਦੇ ਬਸ ਕੁਝ ਨਹੀਂ ਹੈਗਾ ਇਹਦੇ ਬਸ ਨਹੀਂ ਹੈ ਕੁਝ ਜੀ ਜੀ ਇਹੀ ਤਾਂ ਸਾਡੀ ਲੜਾਈ ਹੈ ਕਿਉਂ ਨਹੀਂ ਸਾਰਾ ਧਾਰਮਿਕ ਧਾਰਮਿਕ ਤਾਨੂ ਨੂੰ ਹੇਠਾਂ ਕੀਤਾ ਤੇ ਰਾਜਨੀਤੀ ਉੱਪਰ ਕਰਤਾ ਜਿਹੜੇ ਕਦੇ ਵੀ ਸੀਨੀਅਰ ਬੰਦੇ ਦੀ ਸਲਾਹ ਮਤ ਉਹ ਨਹੀਂ ਲੈ ਰਹੇ ਸੁਖਵੀਰ ਸਿੰਘ ਬਾਦਲੇ ਦੇ ਸਮੇਂ ਕਿਛੇ ਦੀ ਸਲਾਹ ਨਹੀਂ ਦਿੰਦੇ ਤੁਹਾਡੇ ਹੁਣ ਬੀਬੀਆਂ ਨੇ ਇਸਤਰੀ ਕਾ ਲਿਦਨ ਨੇ ਦੈਨ ਕੀਤਾ ਜੀ ਜੀ ਇਸੇ ਕਰਕੇ ਦੈਨ ਕੀਤਾ ਉਹਨੂੰ ਕਿਸੇ ਨੂੰ ਪੁੱਛਿਆ ਹੀ ਨਹੀਂ ਉਹਨੇ ਜੀ ਜੀ ਜਾ ਕੇ ਪ੍ਰਧਾਨ ਹੋਰ ਬਣਾਇਆ ਜੀ ਜੀ ਜਿਹੜੀਆਂ ਬੀਬੀਆਂ ਨੇ ਐਡੀ ਵੱਡੀਆਂ ਕੁਰਬਾਨੀਆਂ ਕੀਤੀਆਂ ਪਾਰਟੀ ਨੂੰ ਖੜਾ ਕਰ ਲਈ ਜੀ ਇੰਨੇ ਵੱਡੇ ਜਦੋਂ ਜਿਆਦਾ ਕੀਤੀਆਂ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਗਿਆ ਅੰਮੀ ਜਾ ਕੇ ਡਿਕਲੇਅਰ ਕਰਿਆ ਆਪ ਜਾ ਕੇ ਅਨਾਉਂਸ ਕਰਿਆ ਵੱਡੇ ਬਾਦਲ ਦਾ ਜੇ ਆ ਸੁਹਾਣੀ ਸੀ ਉਹ ਨਹੀਂ ਹੈ ਜਿਹੜਾ ਲਾਲਚ ਨੂੰ ਦੇਖਦੇ ਸੀ ਨਹੀਂ ਉਹ ਤਾਂ ਬਹੁਤ ਫਰਕ ਕੀ ਸੀ ਜੀ ਜੀ ਉਹ ਸਾਰਿਆਂ ਨੂੰ ਸਲਾਹ ਕਰਕੇ ਕਰਦੇ ਸੀ ਜੋ ਮਰਜੀ ਆ ਨਾਲ ਸਮੇਂ ਤੁਸੀਂ ਇਲੈਕਸ਼ਨ ਲੜਨਾ ਚਾਹੋਗੇ ਜਾਂ ਇੱਕ ਮੈਨੇਜਮੈਂਟ ਨੂੰ ਜਿਹੜਾ ਸੰਭਾਲਣਾ ਚਾਹੋਗੇ ਜੇ ਇੱਕ ਪਾਰਟੀ ਦੇ ਤੁਸੀਂ ਨਹੀਂ ਮੈਂ ਤਾਂ ਨਹੀਂ ਮੈਂ ਤਾਂ ਕੋਈ ਇਲੈਕਸ਼ਨ ਨਹੀਂ ਲੜਨੀ ਹੁਣ ਜੀ ਜੀ ਸਿਆਦ ਦੇ ਰਿਟਾਇਰਮੈਂਟ ਰਿਟਾਇਰਮੈਂਟ ਲੈ ਲਿਆ ਮੈਂ ਰਿਟਾਇਰਮੈਂਟ ਲੈ ਲਿਆ ਮੈਂ ਕੋਈ ਚਲੇਖ ਨਹੀਂ ਲੜਨੀ ਕਿਸੇ ਕਿਸਮ ਦੀ ਵੀ ਪਹਿਲੇ ਰਾਜੇ ਤਾਂ ਜਿਨ੍ਹਾਂ ਨੇ ਆਪਦੇ ਮੂੰਹ ਤੋਂ ਕਹਿਦਿਆ ਰਿਟਾਇਰਮੈਂਟ ਲੈ ਲੇ ਕਿਉਂਕਿ ਜਾਨ ਲੱਗੇ ਵੀ ਵੱਡੇ ਬਾਦਲ ਕਹਿ ਰਹੇ ਸੀ ਰਾਜ ਨਹੀਂ ਸੇਵਾ ਇੱਕ ਵਾਰ ਮੌਕਾ ਹੋਰ ਦਿਓ ਨਹੀਂ ਮੈਂ ਤਾਂ ਨਹੀਂ ਕਿ ਮੈਂ ਤਾਂ ਛੱਡਤੀ ਬਿਲਕੁਲੀ اچھا ਛੱਡਤਾ ਤੁਸੀਂ ਸੋ ਕੀ ਪੰਜਾਬ ਵਾਸੀ ਨੇ ਇੱਕ ਮੈਸੇਜ ਕੀ ਹੈ ਤੁਹਾਡਾ ਜੀ ਮੈਸੇਜ ਤਾਂ ਇਹ ਹੈ ਕਿ ਆਓ ਆਪ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਪੰਜਾਬ ਦੀ ਬਹੁਤ ਬੁਰੀ ਹਾਲਤ ਹੋ ਰਹੀ ਹੈ ਜੀ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ ਅੱਜ ਸਾਰਿਆਂ ਨੂੰ ਬਰਾ ਕੇ ਹਰ ਚੀਜ਼ ਨੂੰ ਇਕੱਠੇ ਹੋ ਕੇ ਇਹਦੇ ਪੰਜਾਬ ਦੇ ਦੇਸ਼ਾਂ ਲਈ ਲੜਨਾ ਚਾਹੀਦਾ ਜੀ ਜੀ ਬਿਲਕੁਲ ਸੋ ਇਸੇ ਸਾਡੇ ਨਾਲ ਸਰਬ ਦੇ ਸਟਿੰਸਾ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਅੱਜ ਪੰਜਾਬ ਦੇ ਨਾਲ ਖੜਨ ਦੀ ਲੋੜ ਹੈਗੀ ਹੈ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਜਿਹੜੇ ਕਿਸਾਨ ਹੈਗੇ ਨੇ ਪੰਜਾਬ ਦੇ ਹੋਰ ਮੁੱਦੇ ਹੈਗੇ ਉਹਨਾਂ ਨੂੰ ਉਠਾਉਣਾ ਚਾਹੀਦਾ ਹੈ ਕਰਨ ਪ੍ਰਸਨ ਸ਼ਹਿਦਨਾ ਸੰਦੀਕ ਕੰਮ ਉਹ ਚੰਡੀਗੜ੍ਹ ਤੋਂ